18 ਕਲੀਆਂ ਹੋਣਗੀਆਂ ਜੀ, 16.5 ਮੀਟਰ ਫਲੇਅਰ ਹੋਏਗਾ। ਮੈਨੂੰ ਕਰੇਜ਼ ਹੁੰਦਾ ਨਾ ਲਹਿੰਗਾ ਪਾਇਆ ਹੋਵੇ, ਪਤਾ ਲੱਗੇ ਕਿ ਸਾਰੇ ਦੇਖਣ ਚੀਜ਼ ਪਾਈ ਹੈ, ਉਹ ਚੀਜ਼ਾਂ ਮਲਟੀ ਦੇ ਵਿੱਚ ਆਏਗਾ। ਮਾਰਵਾੜੀ ਲਹਿੰਗੇ ਦੀ ਨਵੀਂ ਕ੍ਰੀਏਸ਼ਨ ਜੀ, ਲੁੱਕ ਚੈੱਕ ਕਰੋ ਜੀ, ਨਿਰਾ ਹੀ ਇਸ਼ਕ ਹੈ ਜੀ। ਡੋਲੀ ਬਰਾਤ ਦੇ ਵਿੱਚ ਆਏਗਾ ਆਕਸੀਡਾਈਜ਼ ਐਂਟੀਕ ਔਰ ਮਿਰਰ, ਕਿਉਂਕਿ ਇਹ ਸਾਰੀ ਸਾਡੀ ਆਪਣੀ ਮੈਨੂਫੈਕਚਰਿੰਗ ਹੈ। ਇਹਦੇ ਤੁਸੀਂ ਦੁਨੀਆ ਦਾ ਸਾਡੇ ਕੋਲ ਕੋਈ ਵੀ ਕਲਰ ਬਣਾ ਸਕਦੇ ਹੋ, ਕੋਈ ਕੋਰੀਅਰ ਚਾਰਜਿਸ ਨਹੀਂ ਹੈ, ਕੋਈ ਟਰਾਂਸਪੋਰਟੇਸ਼ਨ ਨਹੀਂ ਹੈ। ਰੈਂਟ ਚ ਵੀ ਜੇ ਤੁਸੀਂ ਕੁਝ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਉਹ ਵੀ ਹੋ ਜਾਏਗਾ। ਹਿਮਾਚਲ, ਹਰਿਆਣਾ ਕਿਤੋਂ ਵੀ ਆ ਕੇ ਸਾਡੇ ਕੋਲ ਰੈਂਟ ਤੇ ਬੁੱਕ ਕਰਦੇ ਹੋ, ਤੁਹਾਨੂੰ ਵੈਡਿੰਗ ਤੋਂ 2 ਦਿਨ ਪਹਿਲੇ ਭੇਜ ਵੀ ਦਿੱਤਾ ਜਾਏਗਾ ਤੇ ਵੈਡਿੰਗ ਤੋਂ 1 ਦਿਨ ਬਾਅਦ ਮੰਗਾ ਵੀ ਲਿੱਤਾ ਜਾਏ। ਜਿੱਦਾਂ ਕਸਟਮਰ ਕਹਿੰਦਾ ਨਾ ਕਿ ਰਾਇਲਟੀ ਚਾਹੀਦੀ, ਕੁਝ ਮਹਾਰਾਜਾ ਟਾਈਪ, ਕੁਝ ਆਪਣੀ ਕੋਕਟੇਲ ਤੇ ਪਾਉਣਾ, ਰਿਸੈਪਸ਼ਨ ਤੇ ਪਾਉਣਾ, ਹੈਂਡ ਵਰਕ ਦੇ ਵਿੱਚ। ਹੈਂਡ ਵਰਕ ਦੇ ਵਿੱਚ ਲੁੱਕ ਦੇਖੋ, ਇਹ ਤੁਸੀਂ ਪੀਸ ਬਹੁਤ ਵਾਇਰਲ ਹੋਇਆ ਜੀ, ਤੁਸੀਂ ਦੇਖਿਆ ਹੋਣਾ ਬਹੁਤ ਜ਼ਿਆਦਾ ਇੰਸਟਾ ਤੇ ਜਾਂ ਵੱਡੇ ਵੱਡੇ ਬ੍ਰਾਂਡ ਵੱਲੋਂ ਇਸ ਪੀਸ ਦੀ ਐਡ ਹੁੰਦੀ ਹੈ। ਪ੍ਰੋਪਰ ਐਡਰੈਸ ਵੀ ਸਮਝਾ ਦਿਆਂਗੇ। ਬਾਕੀ ਬੜੀ ਈਜ਼ੀ ਅਪਰੋਚ ਹੈ, ਕਲੋਕ ਟਾਵਰ ਤੋਂ ਤੁਸੀਂ ਚੋੜੇ ਬਾਜ਼ਾਰ ਦੇ ਅੰਦਰ ਐਂਟਰ ਹੋਣਾ, ਪਹਿਲਾਂ ਚੌਂਕ ਛੱਡ ਕੇ ਦੂਜੇ ਚੌਂਕ ਯਾਨੀ ਸਾਬਣ ਬਿਹਾਰ ਚੌਂਕ ਦੇ ਵਿੱਚ ਗੁਰੂ ਨਾਨਕ ਲਹਿੰਗਾ, ਕਿਤੇ ਨਹੀਂ ਮੁੜਨਾ ਜੀ। ਸੋ ਵਰਾਇਟੀ ਤੁਹਾਨੂੰ, ਤੁਹਾਡਾ ਟਾਈਮ ਵੇਸਟ ਬਿਨਾਂ ਕੀਤੇ ਤੁਹਾਨੂੰ ਵਰਾਇਟੀ ਦਿਖਾਉਣਾ ਜੀ, ਚੀਜ਼ਾਂ ਦਿਖਾਉਣਾ ਮਾਰਕੀਟ ਨਾਲੋਂ ਹਟ ਕੇ, ਬਿਲਕੁਲ ਡਿਫਰੈਂਟ ਚੀਜ਼ਾਂ। ਸੋ ਵੈਡਿੰਗ ਲਹਿੰਗਾ ਗਾਈਸ, ਮਤਲਬ ਬਹੁਤ ਜ਼ਿਆਦਾ ਵਰਾਇਟੀ ਹੈ ਜੀ ਇੱਥੇ, ਹਰ ਇੱਕ ਤਰ੍ਹਾਂ ਦਾ ਲਹਿੰਗਾ ਇੱਥੇ ਰੈਡੀ ਮਿਲੂਗਾ ਤੁਹਾਨੂੰ। ਸੋ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ, ਜਿਹੜਾ ਵੀ ਲਹਿੰਗਾ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ। ਚਲੋ ਵੀ ਆਰਟੀਕਲ ਦਿਖਾਉਂਦੇ ਹਾਂ। ਲਓ ਜੀ ਲਓ, ਤੁਹਾਨੂੰ ਵਰਾਇਟੀ ਦਿਖਾਉਣਾ ਜੀ, ਮਿਰਰ ਦੇ ਨਾਲ ਆਏਗਾ ਜੀ। ਹਾਂਜੀ, ਕਰਕੇ ਦਿਖਾ ਦਿਓ, ਕੋਟਨ ਮਿਰਰ ਦੇ ਨਾਲ ਆਏਗਾ। ਓਕੇ, ਸਾਰਾ ਆਕਸੀਡਾਈਜ਼ ਵਰਕ ਹੋਏਗਾ, ਨਾਲ ਕਮਰ ਬੈਲਟ ਤੇ ਵੀ ਵਰਕ ਆਏਗਾ, ਲੇਅਰਸ ਆਣਗੀਆਂ, ਗ੍ਰੀਨ ਬਾਰਡਰ ਟੱਚ ਆਏਗਾ, ਗਾਜ਼ਰੀ ਟੱਚ ਆਏਗਾ। ਲੁੱਕ ਦੇਖ ਲਓ ਜੀ, 18 ਕਲੀਆਂ ਹੋਣਗੀਆਂ ਜੀ, 16.5 ਮੀਟਰ ਫਲੇਅਰ ਹੋਏਗਾ ਜੀ। ਸੋ ਗਾਈਸ, ਬਹੁਤ ਫਲੇਰੀ ਲਹਿੰਗੇ ਜੀ, ਸਪੈਸ਼ਲਿਟੀ ਹੈ ਡਬਲ ਦੁਪੱਟੇ ਨਾਲ ਹੈ ਜੀ, ਇੱਕ ਐਕਸਟਰਾ ਦੁਪੱਟਾ ਆਏਗਾ ਜੀ ਨਾਲ। ਲਹਿੰਗੇ ਦਾ ਦੁਪੱਟਾ ਚੈੱਕ ਕਰੋ, ਇਹ ਨਹੀਂ ਕਿ ਐਕਸਟਰਾ ਆ ਗਿਆ ਤੇ ਨਾਲ ਦਾ ਦੁਪੱਟਾ ਜਿਹੜਾ ਬਿਲਕੁਲ ਐਵੇਂ ਹੀ ਹੋ ਜਾਏ, ਹਲਕਾ ਜਿਹਾ ਹੋ ਜਾਏ ਜਾਂ ਕੁਛ। ਲਓ ਜੀ, ਲਹਿੰਗਾ ਇਹੋ ਜਿਹਾ ਵੀ ਜਿਵੇਂ ਕੁੜੀਆਂ ਨੂੰ ਕਰੇਜ਼ ਹੁੰਦਾ ਨਾ ਲਹਿੰਗਾ ਪਾਇਆ ਹੋਵੇ, ਪਤਾ ਲੱਗੇ ਕਿ ਸਾਰੇ ਦੇਖਣ ਚੀਜ਼ ਪਾਈ ਹੈ, ਉਹ ਚੀਜ਼ਾਂ ਨੇ। ਡਿਫਰੈਂਟ ਵਰਾਇਟੀ, ਡਿਫਰੈਂਟ ਕ੍ਰੀਏਟੀਵਿਟੀ, ਹਟ ਕੇ ਬਿਲਕੁਲ। ਰਾਈਟ ਜੀ, ਬਹੁਤ ਸਪੈਸ਼ਲ ਲਹਿੰਗਾ ਜੀ, ਕੀ ਬਾਤ ਹੈ ਜੀ। ਨੈਕਸਟ ਇੱਕ ਹੋਰ ਲਹਿੰਗਾ ਦੋਸਤੋ, ਬਹੁਤ ਹੀ ਜ਼ਿਆਦਾ ਸਪੈਸ਼ਲ। ਲਓ ਜੀ, ਆਰਟੀਕਲ ਚੈੱਕ ਕਰੋ ਜੀ, ਲੇਅਰਸ ਦੇਖੋ, ਵਾਈਟ, ਗੋਲਡਨ, ਮਜ਼ੈਂਟਾ, ਲੁੱਕ ਦੇਖੋ। ਮਲਟੀ ਦੇ ਵਿੱਚ ਆਏਗਾ ਮਾਰਵਾੜੀ ਲਹਿੰਗੇ ਦੀ ਨਵੀਂ ਕ੍ਰੀਏਸ਼ਨ, ਰਾਈਟ, ਨਵੀਂ ਡਿਜ਼ਾਈਨਿੰਗ, ਮਿਰਰ ਵਰਕ ਦੇ ਨਾਲ, ਆਕਸੀਡਾਈਜ਼ ਦੇ ਨਾਲ। ਇੱਕ ਵਾਰੀ ਨਾ ਮੈਂ ਕਹਿੰਦਾ 1 ਮਿੰਟ ਲਈ ਕਲੋਜ਼ ਕਰਕੇ ਲਹਿੰਗੇ ਨੂੰ ਆਇਆ ਤਸੱਲੀ ਨਾਲ ਦਿਖਾ ਦਿਓ, ਜ਼ੂਮ ਕਰਕੇ। ਬਹੁਤ ਸਪੈਸ਼ਲ ਲਹਿੰਗੇ ਜੀ, ਮਤਲਬ ਪ੍ਰੋਪਰ ਹੈਵੀ, ਬਹੁਤ ਬਰੀਕੀ ਨਾਲ ਕੰਮ ਕੀਤਾ ਹੈ, ਕਿ ਸਿਰਫ ਇਹ ਨਹੀਂ ਕਹਿੰਦੇ ਨੇ, ਵਾਕਈ ਚੀਜ਼ਾਂ ਨੇ। ਬਿਲਕੁਲ ਹਟ ਕੇ ਵੈਰਾਈਟੀ ਹੋਏਗੀ, ਹਟ ਕੇ ਡਿਜ਼ਾਈਨਿੰਗ ਹੋਏਗੀ, ਫੁੱਲੀ ਲੋਡਡ ਵਰਕ ਹੋਣਗੇ, ਫੁੱਲ ਫਲੇਅਰ ਹੋਣਗੇ ਜੀ। ਓਕੇ, ਇਹ ਤਾਂ ਹੋ ਗਿਆ ਜੀ ਲਹਿੰਗਾ, ਦੇਖੋ ਜੀ ਤੁਸੀਂ ਦਿਖਾ ਦਿੱਤਾ ਵੀਡੀਓ ਦੇ ਵਿੱਚ, ਇਹੋ ਜਿਹੇ ਸਾਡੇ ਕੋਲ ਕਈ ਆਰਟੀਕਲ ਨੇ। ਵੀਡੀਓ 'ਚ ਤਾਂ 5-10% ਵੈਰਾਈਟੀ ਦਿਖਾ ਸਕਦੇ ਹਾਂ, ਹਨਾ, ਜਾਂ ਤੁਹਾਨੂੰ ਆਪਣੀ ਟੇਸਟ ਦੇ ਬਾਰੇ ਦੱਸ ਸਕਦੇ ਹਾਂ ਜੀ। ਆਹ ਦੇਖੋ ਜੀ, ਨਾਲ ਐਕਸਟਰਾ ਦੁਪੱਟਾ ਆਏਗਾ ਪਿਓਰ ਇਟਾਲੀਅਨ ਦੇ ਉੱਤੇ। ਇਹਦੇ ਬਾਰਡਰ ਤੇ ਵੀ ਗੌਰ ਕਰਿਓ ਸੌਰਵ ਜੀ, ਕਲੋਜ਼ ਕਰਕੇ ਦਿਖਾ ਦਿਓ, ਇਹਨਾਂ ਦਾ ਬਾਰਡਰ ਦਿਖਾਓ ਜੀ। ਲੁੱਕ ਦੇਖੋ, ਚੀਜ਼ ਦੇਖੋ ਜੀ,
ਅਲੱਗ ਕ੍ਰੇਸ਼ਨ ਮਿਲੇਗੀ ਤੁਹਾਨੂੰ ਗੁਰੂ ਨਾਨਕ ਲਹਿੰਗਾ ਚੋੜਾ ਬਾਜ਼ਾਰ ਸਾਬਣ ਬਾਜ਼ਾਰ ਚੌਂਕ ਦੇ ਵਿੱਚ। ਨੀਚੇ ਦੋਨੋ ਨੰਬਰ ਮੇਰੇ ਦਿੱਤੇ ਗਏ ਜੀ, ਵਟਸਐਪ ਤੇ ਲੋਕੇਸ਼ਨ ਲਓ, ਵਿਜ਼ਿਟ ਕਰੋ। ਬਾਕੀ ਡਿਸਕ੍ਰਿਪਸ਼ਨ ਚ ਪੂਰਾ ਐਡਰੈਸ ਦਿੱਤਾ ਹੋਇਆ ਜੀ, ਲਓ ਜੀ ਬਾਰਡਰ ਚੈੱਕ ਕਰੋ। ਸੋ ਗਾਈਜ਼ ਜਿਹੜਾ ਵੀ ਲਹਿੰਗਾ ਪਸੰਦ ਆਊਗਾ ਜੀ, ਸਕਰੀਨਸ਼ੋਟ ਲੈ ਕੇ ਵਟਸਐਪ ਕਰ ਦੇਣਾ। ਬਾਕੀ ਬਈ ਸ਼ਿਪਿੰਗ ਕਿੱਥੇ ਕਿੱਥੇ ਹੋ ਜੂਗੀ? ਵਰਲਡ ਵਾਈਡ ਆਪਣੀ ਸ਼ਿਪਮੈਂਟ ਹੈ ਜੀ, ਡੋਮੈਸਟਿਕ ਵੀ ਹੈ, ਬਾਹਰ ਬੈਠੇ ਨੇ, ਦੂਰ ਨੇ, ਨਾ ਭੇਜ ਕੇ ਸਟਿਚਿੰਗ ਹੋ ਜਾਏਗਾ, ਸਭ ਕੁਝ ਹੋ ਜਾਏਗਾ। ਆਪਣਾ ਕੋਈ ਕੋਰੀਅਰ ਚਾਰਜਿਸ ਨਹੀਂ ਹੈ, ਕੋਈ ਟਰਾਂਸਪੋਰਟੇਸ਼ਨ ਨਹੀਂ ਹੈ ਜੀ, ਬਸ COD ਸਾਡੇ ਅਵੇਲੇਬਲ ਨਹੀਂ ਹੈ, ਹੋਰ ਕੋਈ ਟਰਾਂਸਪੋਰਟੇਸ਼ਨ ਨਹੀਂ ਹੈ ਜੀ। ਹਾਂਜੀ, ਵਰਕ ਚੈੱਕ ਕਰੋ, ਫਿਨਿਸ਼ਿੰਗ ਚੈੱਕ ਕਰੋ, ਲੁੱਕ ਚੈੱਕ ਕਰੋ ਜੀ। ਸੋ ਗਾਈਜ਼ ਵਿਦ ਫ੍ਰੀ ਸ਼ਿਪਿੰਗ ਆਲ ਓਵਰ ਇੰਡੀਆ, ਜਿੱਥੇ ਮਰਜ਼ੀ ਲਹਿੰਗਾ ਮੰਗਵਾ ਲਓ ਜੀ, ਬਹੁਤ ਫਿਨਿਸ਼ਿੰਗ ਵਾਲਾ, ਬਹੁਤ ਜ਼ਬਰਦਸਤ ਆਰਟੀਕਲ ਹੈ। ਆ ਦੁਪੱਟਾ ਦਿਖਾ ਦਿਓ ਇੱਕ ਵਾਰੀ, ਸਾਰਾ ਕਟਵਰਕ ਦੇ ਵਿੱਚ, ਸਾਰਾ ਹੀ ਆਕਸੀਡਾਈਜ਼। ਲੁੱਕ ਚੈੱਕ ਕਰੋ, ਡਿਜ਼ਾਈਨਿੰਗ ਚੈੱਕ ਕਰੋ, ਮਤਲਬ ਅੱਜ ਨਾ ਟੇਅਰ ਨਹੀਂ ਦਿਖਾਣਾ। ਸਟਾਰਟਿੰਗ ਤਾਂ ਸਾਡੇ ਕੋਲ 3,000-4,000 ਤੋਂ ਲੈ ਕੇ 85,000, 90,000 ਤੱਕ, ਅਪ ਟੂ 90,000 ਤੱਕ, ਯਾਨੀ ਕਿ ਰੇਂਜ ਹੈਗੀ ਹੈ। ਬਟ ਅੱਜ ਤੁਹਾਨੂੰ ਡਿਫਰੈਂਟ ਕ੍ਰੇਸ਼ਨ ਦਿਖਾਣੀ ਹੈ, ਕੁਆਲਿਟੀ ਦਿਖਾਣੀ ਹੈ, ਚੀਜ਼ਾਂ ਦਿਖਾਣੀਆਂ, ਰਾਇਲਟੀ ਦਿਖਾਣੀ ਹੈ ਜੀ। ਪਹਿਲੇ ਤੁਹਾਨੂੰ ਰੈੱਡ ਦਿਖਾਇਆ ਇਸ ਕ੍ਰੇਸ਼ਨ ਦੇ ਵਿੱਚ, ਫਿਰ ਤੁਹਾਨੂੰ ਦਿਖਾਇਆ ਜੀ ਮਜੈਂਟਾ, ਹੁਣ ਲਓ ਜੀ ਵਾਈਨ ਦੇ ਨਾਲ ਅਨੀਅਨ ਦਾ ਕੰਟਰਾਸਟ। ਲਓ ਜੀ ਲੁੱਕ ਚੈੱਕ ਕਰੋ ਜੀ, ਨਿਰਾ ਇਸ਼ਕ ਹੈ ਜੀ। ਇੱਥੇ ਹੁਣ ਆਪਾਂ ਕਨਵਿੰਸ ਨਹੀਂ ਕਰਨਾ, ਤੁਸੀਂ ਆਪ ਜਜਮੈਂਟ ਕਰੋ ਜੀ, ਕਿੱਦਾਂ ਦੀ ਆਈਟਮ ਹੈ, ਕਿੱਦਾਂ ਦੀ ਚੀਜ਼ ਹੈ। ਲਓ ਜੀ ਦਿਖਾਓ ਜੀ ਕਲੋਜ਼। ਸੋ ਗਾਈਜ਼, ਇਹ ਸੈਲੀਬ੍ਰਿਟੀ ਲਹਿੰਗੇ ਹੁੰਦੇ ਆ ਜੀ, ਮਤਲਬ ਸੈਲੀਬ੍ਰਿਟੀਜ਼ ਜਿਹੜੇ ਲਹਿੰਗੇ ਵੇਅਰ ਕਰਦੇ ਆ ਨਾ, ਸੇਮ ਰੈਪਲੀਕਾ ਰੈਡੀ ਹੋ ਜਾਂਦੀ ਹੈ। ਲਓ ਜੀ ਤੁਸੀਂ ਆਪ ਹੀ ਚੀਜ਼ ਚੈੱਕ ਕਰੋ ਜੀ, ਲੁੱਕ ਦੇਖੋ ਜੀ, ਮਤਲਬ ਨਿਰਾ ਹੀ ਇਸ਼ਕ ਹੈ ਜੀ। ਮਜ਼ਾ ਆਊਗਾ ਚੀਜ਼ਾਂ ਦੇਖ ਕੇ, ਵੈਡਿੰਗ 'ਚ ਪਾਇਆ, ਪਤਾ ਲੱਗੂਗਾ ਚੀਜ਼ ਪਾਈ ਹੈ, ਐਂਟਰੈਂਸ ਹਰ ਕੋਈ ਨੋਟਿਸ ਕਰੇਗਾ, ਬ੍ਰਾਈਡ ਦੀ ਹਰ ਕੋਈ ਸਿਫਤ ਕਰੇਗਾ ਕਿ ਵਾਕਈ ਲਹਿੰਗਾ ਪਾਇਆ ਸੀ। ਔਰ ਸਭ ਤੋਂ ਵੱਡੀ ਗੱਲ ਸੌਰਵ ਜੀ, ਚਾਹੇ ਰੈਂਟ ਤੇ ਲਓ, ਚਾਹੇ ਪਰਚੇਜ਼ ਕਰੋ, ਚਾਹੇ ਹੋਲਸੇਲ 'ਚ ਬਲਕ 'ਚ ਲਓ, ਤਿੰਨੋਂ ਆਪਣੇ ਕੋਲ ਆਪਸ਼ਨ ਅਵੇਲੇਬਲ ਨੇ। ਤਿੰਨਾਂ ਦੇ ਅਲੱਗ ਅਲੱਗ ਸੈਕਸ਼ਨ ਬਣੇ ਹੋਏ ਹੈ ਜੀ। ਲਹਿੰਗਾ ਸ਼ੇਰਵਾਨੀ ਸਾਰੀ ਆਪਣੀ ਮੈਨੂਫੈਕਚਰਿੰਗ ਹੈ ਸਾਡੀ, ਚਾਹੇ ਰੈਂਟ ਤੇ ਲਓ, ਚਾਹੇ ਪਰਚੇਜ਼ ਕਰੋ, ਜਿੱਦਾਂ ਤੁਹਾਨੂੰ ਸਹੀ ਲੱਗੇ। ਮਾਰਕੀਟ ਨਾਲੋਂ ਰੇਟਸ ਵੀ ਸਾਡੇ ਕੰਫਰਟੇਬਲ ਹੋਣਗੇ, ਚੀਜ਼ਾਂ ਵੀ ਡਿਫਰੈਂਟ ਹੋਣਗੀਆਂ। ਤੁਸੀਂ 4 ਜਗ੍ਹਾ ਟਰਾਈ ਕਰਕੇ ਸਾਡੇ ਕੋਲ ਆਓ, ਤੁਸੀਂ ਆਪ ਹੀ ਕਹੋਗੇ ਕਿ ਵਾਕਈ ਰੇਟ ਵੀ ਬੜੇ ਕੰਫਰਟੇਬਲ ਨੇ, ਚੀਜ਼ਾਂ ਵੀ ਬਹੁਤ ਅੱਛੀਆਂ ਹੈ, ਟਾਈਮ ਔਰ ਕੋਸਟ ਦੋਨੋਂ ਹੀ ਮਤਲਬ ਵਰਥੇਬਲ ਰਹੀਆਂ ਜੀ। ਫੁੱਲੀ ਫਲੇਰੀ ਲਹਿੰਗੇ ਹੈ ਜੀ, ਮਤਲਬ ਫਲੇਅਰ ਬਹੁਤ ਜ਼ਿਆਦਾ ਔਸਮ ਮਿਲਣ ਵਾਲੀ ਹੈ। ਸੋ ਫਟਾਫਟ ਸਕਰੀਨਸ਼ੋਟ ਲੈ ਕੇ ਆ ਜਾਓ ਤੇ ਸੇਮ ਲਹਿੰਗੇ ਲੈ ਜਾਓ ਜੀ। ਲਓ ਜੀ ਡੋਲੀ ਬਰਾਤ ਦੇ ਵਿੱਚ ਆਏਗਾ, ਆਕਸੀਡਾਈਜ਼ ਐਂਟੀਕ ਔਰ ਮਿਰਰ, ਤਿੰਨਾਂ ਦਾ ਕੰਮ ਹੋਏਗਾ ਜੀ। ਲੁੱਕ ਚੈੱਕ ਕਰੋ, ਵਰਕ ਚੈੱਕ ਕਰੋ, ਕ੍ਰੇਸ਼ਨ ਚੈੱਕ ਕਰੋ ਜੀ। ਗੁਰੂ ਨਾਨਕ ਲਹਿੰਗਾ ਸਾਬਣ ਬਾਜ਼ਾਰ ਚੌਂਕ ਚੋੜਾ ਬਾਜ਼ਾਰ, ਨੰਬਰ ਦੋਨੋਂ ਨੀਚੇ ਦਿੱਤੇ ਹੋਏ ਨੇ ਜੀ, 9815275390। ਸੋ ਗਾਈਜ਼ ਬਹੁਤ ਸਪੈਸ਼ਲ ਲਹਿੰਗਾ ਬਣਾਤਾ ਜੀ, ਮੈਂ ਕਹਿੰਦਾ ਤੁਸੀਂ 10 ਜਗ੍ਹਾ ਘੁੰਮ ਕੇ ਆਓ, ਤੁਹਾਨੂੰ ਐਸੀ ਡਿਜ਼ਾਈਨਿੰਗ ਨਹੀਂ ਮਿਲਣੀ ਜਿਹੜੀ ਗੁਰੂ ਨਾਨਕ ਲਹਿੰਗਾ ਤੇ ਅਵੇਲੇਬਲ ਹੈ। ਵਿਜ਼ਿਟ ਕਰੋ ਜੀ, ਵੈਲ ਐਂਡ ਗੁੱਡ ਹੈ। ਬਾਕੀ ਡੋਮੈਸਟਿਕ ਸਾਡੀ ਸ਼ਿਪਮੈਂਟ ਹੈ, ਵਰਲਡ ਵਾਈਡ ਸਾਡੀ ਸ਼ਿਪਮੈਂਟ ਹੈ, ਕੈਸ਼ ਔਨ ਡਿਲੀਵਰੀ ਨਹੀਂ ਅਵੇਲੇਬਲ। ਬਾਕੀ ਤੁਹਾਨੂੰ ਵੀਡੀਓ ਕਾਲ ਤੇ ਦਿਖਾ ਦਿੱਤਾ ਜਾਏਗਾ, ਸਭ ਕੁਝ ਹੋ ਜਾਏਗਾ। ਬਾਕੀ ਸਭ ਤੋਂ ਬੈਸਟ ਆਪਸ਼ਨ ਹੈ ਜੀ, ਵਿਜ਼ਿਟ ਕਰੋ, ਰੇਟ ਦੇਖੋ, ਚੀਜ਼ ਦੇਖੋ, ਤੁਹਾਨੂੰ ਵੀ ਪਤਾ ਲੱਗੇ ਕਿ ਸਾਡੇ ਮਾਰਕੀਟ ਨਾਲੋਂ ਪ੍ਰਾਈਜ਼ ਕਿੰਨੇ ਘੱਟ ਨੇ ਤੇ ਚੀਜ਼ਾਂ ਕਿੰਨੀਆਂ ਅੱਛੀਆਂ ਨੇ। ਆਪਣੇ ਮੂੰਹੋਂ ਸਿਫਤ ਨਹੀਂ ਕਰਨੀ ਚਾਹੀਦੀ, ਇੱਕ ਵਾਰ ਤੁਸੀਂ ਜ਼ਰੂਰ ਆਓ, ਪ੍ਰੈਕਟੀਕਲ ਕਰਕੇ ਦੇਖੋ ਜੀ। ਤੁਸੀਂ ਮਤਲਬ ਤੁਸੀਂ ਕੋਈ ਫੋਟੋ ਲੈ ਕੇ ਆਉਂਗੇ ਨਾ, ਤੁਸੀਂ ਫੋਟੋ ਭੁੱਲ ਜਾਓਗੇ, ਤੁਹਾਨੂੰ ਇੱਥੇ ਵੈਸੇ ਇੰਨੀ ਜ਼ਿਆਦਾ ਡਿਜ਼ਾਈਨਿੰਗ ਮਿਲ ਜੂਗੀ ਨਾ। ਬੈਸਟ ਵਰਾਇਟੀ ਹੈ ਜੀ, ਮਤਲਬ ਜੋ ਵੈਡਿੰਗ ਲੁੱਕ ਦੀ ਰਿਕੁਆਇਰਮੈਂਟ ਹੁੰਦੀ ਹੈ ਨਾ, ਇੱਥੇ ਹਰ ਤਰ੍ਹਾਂ ਦਾ ਲਹਿੰਗਾ ਅਵੇਲੇਬਲ ਹੈ। ਇਹ ਤਾਂ ਸਿਰਫ ਥੋੜੀ ਬਹੁਤੀ ਵਰਾਇਟੀ ਤੁਹਾਨੂੰ ਟੇਸਟ ਵਾਲੀ ਦਿਖਾ ਰਿਹਾ ਵੀ ਜੋ ਟੇਸਟ ਆਪਣਾ, ਨਹੀਂ ਤਾਂ ਵਰਾਇਟੀ ਡਿਜ਼ਾਈਨਿੰਗ ਇੰਨਾ ਕੁਝ ਮਿਲ ਜਾਏਗਾ ਜੀ। ਸਾਡੇ ਕੋਲ 1500 ਤੋਂ ਲਹਿੰਗਾ ਸ਼ੁਰੂ ਹੋ ਜਾਂਦਾ ਜੀ, 1500 ਤੋਂ। ਕੀ ਬਾਤ ਹੈ, 1500 ਤੋਂ ਲੈ ਕੇ 90,000 ਤੱਕ। ਅੱਜ ਦੀ ਵੀਡੀਓ ਚ ਦੇਖੋ ਦੋਸਤੋ, ਆਪ ਤੁਹਾਨੂੰ ਨਾ ਸਿਰਫ ਪ੍ਰੀਮੀਅਮ ਰੇਂਜ ਦਿਖਾ ਰਹੇ ਹਾਂ, ਜੇ ਕਿਸੇ ਨੇ ਪਲੱਸ ਰੇਂਜ ਲੈਣੀ ਹੈ, ਹੈਵੀ ਬ੍ਰਾਈਡਲ ਲਹਿੰਗਾ ਲੈਣਾ, ਸੋ ਇਦਾਂ ਦੇ ਲਹਿੰਗੇ ਬਹੁਤ ਜ਼ਿਆਦਾ ਫੇਮਸ ਹੈ। ਮਤਲਬ ਕਹਿਣ ਦਾ ਇਨ ਸ਼ਾਰਟ ਮੈਂ ਦੱਸ ਦਿੰਦਾ ਜੀ, ਕਿਸੇ ਨੇ ਅਗਰ 7-8 ਹਜ਼ਾਰ ਦੀ ਰੇਂਜ 'ਚ, 9,000 ਦੀ ਰੇਂਜ 'ਚ ਆਪਣਾ ਲਹਿੰਗਾ ਲੈਣਾ, ਈਵਨ 5,000 ਦੀ ਰੇਂਜ 'ਚ ਵੀ ਲੈਣਾ, ਤਾਂ ਸੋਹਣਾ ਲਹਿੰਗਾ ਵੀ ਮਿਲ ਜਾਏਗਾ। ਬਾਕੀ ਜਿੱਦਾਂ ਜਿੱਦਾਂ ਡਿਜ਼ਾਈਨਿੰਗ ਵਧੇਗੀ, ਰੇਟ ਵਧੇਗਾ, ਜਿੱਦਾਂ ਜਿੱਦਾਂ ਕੁਆਲਿਟੀ ਵਧੇਗੀ। ਇਹ ਕਿ ਜਿਹੜਾ ਤੁਹਾਨੂੰ ਮਾਰਕੀਟ 10,000 ਦਾ ਮਿਲੇਗਾ, ਜ਼ਿਆਦਾ ਨਹੀਂ ਤਾਂ ਸਾਡੇ ਕੋਲ ਤੁਹਾਨੂੰ 6,500-7,000 ਦਾ ਮਿਲੇਗਾ ਜੀ।
ਆਰਾਮ ਨਾਲ 30% 40% ਦਾ ਡਿਫਰੈਂਸ ਆਏਗਾ ਜੀ, ਕਿਉਂਕਿ ਇਹ ਸਾਰੀ ਸਾਡੀ ਆਪਣੀ ਮੈਨੂਫੈਕਚਰਿੰਗ ਹੈ। ਇਹਦੇ ਤੁਸੀਂ ਦੁਨੀਆਂ ਦਾ ਸਾਡੇ ਕੋਲ ਕੋਈ ਵੀ ਕਲਰ ਬਣਾ ਸਕਦੇ ਹੋ ਜੀ, 15-16 ਕਲਰ ਤਾਂ ਸਾਡੇ ਕੋਲ ਇਹਦੇ ਚ ਅਵੇਲੇਬਲ ਰਹਿੰਦੇ ਨੇ। ਇਸ ਤੋਂ ਇਲਾਵਾ ਵੀ ਜੇ ਕੋਈ ਗੁੰਜਾਇਸ਼ ਰਹੇਗੀ ਤਾਂ ਆਪਾਂ ਕਸਟਮਾਈਜ਼ ਕਰਨ ਲਈ ਬੈਠੇ ਹਾਂ ਜੀ। ਓਕੇ, ਹਾਂਜੀ, ਔਰ ਵਿਦ ਇਨ 3 ਡੇਸ ਲਹਿੰਗਾ ਦੇ ਦਿਆਂਗੇ। ਸੋ ਇੱਕ ਹੀ ਸ਼ੋਪ ਤੇ ਇੰਨੀ ਜ਼ਿਆਦਾ ਫੈਸਿਲਿਟੀ ਵੀ ਮਿਲ ਰਹੀ ਹੈ, ਵਰਲਡ ਵਾਈਡ ਸ਼ਿਪਿੰਗ ਵੀ ਮਿਲ ਰਹੀ ਹੈ, ਸ਼ਿਪਿੰਗ ਵੀ ਫ੍ਰੀ ਮਿਲ ਰਹੀ ਹੈ। ਸੋ ਘਰੇ ਬੈਠੇ ਸ਼ੋਪਿੰਗ ਕਰ ਲਓ ਜੀ, ਅਨਸਟਿਚ ਲੈਣਾ ਤਾਂ ਵੈਲ ਐਂਡ ਗੁੱਡ, ਅਗਰ ਸਟਿਚਿੰਗ ਕਰਵਾਉਣੀ ਉਹ ਵੀ ਸਭ ਕੁਝ ਅਵੇਲੇਬਲ ਹੈ ਇੱਥੇ। ਹਾਂਜੀ, ਹੋਲਸੇਲ ਲੈਣਾ ਉਹਦਾ ਅਲੱਗ ਸੈਕਸ਼ਨ ਹੈ, ਰੈਂਟ ਤੇ ਲੈਣਾ ਉਹਦਾ ਅਲੱਗ ਸੈਕਸ਼ਨ ਹੈ, ਪਰਚੇਜ਼ ਕਰਨਾ ਉਹਦਾ ਅਲੱਗ ਸੈਕਸ਼ਨ ਹੈ, ਤਿੰਨੋਂ ਸੈਕਸ਼ਨ ਅਲੱਗ ਅਲੱਗ ਨੇ ਜੀ। ਸੋ ਅੱਜ ਆਏ ਹਾਂ ਜੀ ਸ਼ੇਰਵਾਨੀ ਵਾਲੇ ਸੈਕਸ਼ਨ, ਜੇ ਕਿਸੇ ਨੇ ਰੈਂਟ ਤੇ ਲੈਣਾ ਉਹ ਵੀ ਮਿਲ ਜੂਗਾ, ਖੁਦ ਦਾ ਲੈਣਾ ਉਹ ਵੀ ਮਿਲ ਜੂਗਾ। ਸੋ ਸ਼ੇਰਵਾਨੀ ਵਾਲੇ ਸੈਕਸ਼ਨ 'ਚ ਨਾ ਬਹੁਤ ਜ਼ਿਆਦਾ ਸ਼ੇਰਵਾਨੀਜ਼ ਵੀ ਅਵੇਲੇਬਲ ਹੈ, ਉਹ ਵੀ ਤੁਹਾਨੂੰ ਬਹੁਤ ਜਲਦੀ ਦਿਖਾਵਾਂਗੇ। ਲਹਿੰਗਾ ਤੇ ਸ਼ੇਰਵਾਨੀ ਆ ਆਪਣਾ ਮੇਨ ਕੰਮ ਹੀ ਇਸੇ ਚੀਜ਼ ਦਾ ਜੀ। ਹਾਂਜੀ, ਲਓ ਜੀ ਦੇਖੋ, ਬਹੁਤ ਜਲਦੀ ਕਿ ਨਾਲ ਹੀ ਲਓ ਜੀ ਸ਼ੇਰਵਾਨੀ। ਡਿਟੇਲ ਦੱਸ ਦੂ ਜੀ, ਕਿਹੜਾ ਕਿਹੜਾ ਵਰਕ ਹੋਊਗਾ ਇੱਥੇ? ਇਹ ਸਾਰਾ ਚਿਕਨਕਾਰੀ ਦੇ ਵਿੱਚ ਹੈ ਜੀ, ਨਾਲ ਹੈਂਡਵਰਕ ਦੇ ਵਿੱਚ ਕਾਲਰ ਆਏਗਾ, ਬਟਨਸ ਆਣਗੇ, ਫੈਬਰੀਕੇਸ਼ਨ ਡਿਫਰੈਂਟ ਆਏਗੀ ਬਿਲਕੁਲ। ਰੈਂਟ 'ਚ ਵੀ ਜੇ ਤੁਸੀਂ ਕੁਝ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਉਹ ਵੀ ਹੋ ਜਾਏਗਾ, ਰਾਈਟ। ਪਰਚੇਜ਼ ਕਰਨਾ ਚਾਹੁੰਦੇ ਹੋ ਉਹਦੇ 'ਚ ਵੀ ਤਾਂ ਹੈ ਹੀ ਹੈ, ਕਿਉਂਕਿ ਸਾਡੀ ਲਹਿੰਗੇ ਸ਼ੇਰਵਾਨੀ ਦੀ ਆਪਣੀ ਮੈਨੂਫੈਕਚਰਿੰਗ ਹੈ ਜੀ। ਹੁਣ ਆਹ ਦੇਖੋ, ਇੱਕ ਡਬਲ ਪੱਲੇ ਦੇ ਵਿੱਚ ਆਏਗੀ, ਮੈਰੂਨ ਟੱਚ ਦੇ ਨਾਲ ਪ੍ਰੋਪਰ ਮੈਚਿੰਗ ਆਏਗੀ, ਕਲਾਸੀ ਜੀ ਲੁੱਕ ਆਏਗੀ। ਸੋ ਵਰਕ ਚੈੱਕ ਕਰ ਲਓ ਜੀ, ਕਿੰਨਾ ਮਤਲਬ ਸੁਪਰਬ ਕੰਮ ਹੈ, ਬਹੁਤ ਜ਼ਬਰਦਸਤ ਆਰਟੀਕਲ ਗਾਈਜ਼। ਇੱਦਾਂ ਦੀ ਸ਼ੇਰਵਾਨੀਆਂ ਲੈਣ ਜਾਓ ਮਾਰਕੀਟ 'ਚ, ਜਲਦੀ ਡਿਜ਼ਾਈਨ ਹੀ ਨਹੀਂ ਮਿਲਦੇ। ਆਹ ਸਾਨੂੰ ਵੀਡੀਓ 'ਚ ਔਨਲਾਈਨ ਦਿਖਾ ਦਾਂਗੇ। ਆਹ ਦੇਖੋ ਜੀ, ਇੱਕ ਹੈਂਡਵਰਕ 'ਚ ਆਰਟੀਕਲ ਰੈਡੀ ਕੀਤਾ ਇੰਡੋ ਵੈਸਟਰਨ ਦੇ ਵਿੱਚ। ਆਹ ਚੀਜ਼ ਚੈੱਕ ਕਰ ਲਓ ਜੀ ਇੱਕ ਵਾਰੀ, ਮਤਲਬ ਜਿੱਦਾਂ ਕਸਟਮਰ ਕਹਿੰਦਾ ਨਾ ਕਿ ਰਾਇਲਟੀ ਚਾਹੀਦੀ, ਕੁਝ ਮਹਾਰਾਜਾ ਟਾਈਪ, ਕੁਝ ਆਪਣੀ ਕੋਕਟੇਲ ਤੇ ਪਾਉਣਾ, ਰਿਸੈਪਸ਼ਨ ਤੇ ਪਾਉਣਾ, ਹੈਂਡਵਰਕ ਦੇ ਵਿੱਚ ਲੁੱਕ ਚੈੱਕ ਕਰੋ, ਟਾਈਪ ਚੈੱਕ ਕਰੋ, ਵਰਕ ਦੇਖੋ ਜੀ। ਜੀ ਲਓ ਜੀ, ਫਿਨਿਸ਼ਿੰਗ ਦੇਖੋ, ਕੀ ਬਾਤ ਹੈ। ਫੈਬਰਿਕ ਵੀ ਦੇਖੋ ਜੀ, ਪ੍ਰੋਪਰ ਸੈਲਫ ਦੇ ਵਿੱਚ ਆਏਗਾ, ਪਿਓਰ ਜੈਪਨੀਜ਼ ਦੇ ਉੱਤੇ। ਇੰਡੋ ਵੈਸਟਰਨਸ ਵੀ ਅਵੇਲੇਬਲ ਨੇ, ਸ਼ੇਰਵਾਨੀਆਂ ਵੀ ਅਵੇਲੇਬਲ ਨੇ, ਡਬਲ ਪੱਲਾ ਵੀ ਹੈ। ਇੱਕ ਆ ਦੇਖੋ ਜੀ ਯੋਗ ਦੇ ਵਿੱਚ, ਅੱਜ ਕੱਲ ਕਸਟਮਰ ਵੱਡੇ ਵੱਡੇ ਸ਼ੋਰੂਮ ਤੇ 60-65 ਹਜ਼ਾਰ ਦੀ ਸ਼ੇਰਵਾਨੀ ਦੇਖ ਕੇ ਆਉਂਦਾ, ਮਿਨੀਮਮ 48-50 ਹਜ਼ਾਰ ਦੀ। ਇਹ ਚੀਜ਼ਾਂ ਵੀ ਤੁਹਾਨੂੰ ਸਾਡੇ ਕੋਲੋਂ ਰੈਂਟ ਤੇ ਵੀ ਮਿਲ ਜਾਣਗੀਆਂ, ਪਰਚੇਜ਼ ਲਈ ਵੀ ਮਿਲ ਜਾਣਗੀਆਂ। ਸੋ ਪੀਸ ਚੈੱਕ ਕਰੋ ਜੀ, ਮਤਲਬ ਇਹ ਸਾਰਾ ਵਨ ਪੀਸ ਹੀ ਹੈ, ਕੋਈ ਬੇਸ਼ਰਕਤ ਨਹੀਂ ਹੈਗਾ ਨਾ ਇਹ? ਨਹੀਂ, ਇਹ ਵਨ ਪੀਸ ਹੀ ਹੈ ਜੀ। ਓਕੇ, ਵਰਕ ਚੈੱਕ ਕਰੋ, ਮੈਚਿੰਗ ਚੈੱਕ ਕਰੋ, ਚੀਜ਼ ਦੇਖੋ। ਦੇਖਣ 'ਚ ਜੈਕਟ ਸਟਾਈਲ ਹੈ, ਪਰ ਇਹ ਵਨ ਪੀਸ ਸ਼ੇਰਵਾਨੀ ਹੈ, ਮਤਲਬ ਬਹੁਤ ਮਹਿੰਗੀ ਮਿਲਦੀ ਹੈ ਜੀ, 40-50 ਹਜ਼ਾਰ ਖਰਚ ਕੇ ਆਉਂਦੇ ਆ, ਤੁਹਾਨੂੰ ਰੈਂਟ ਤੇ ਵੀ ਅਵੇਲੇਬਲ ਕਰਵਾ ਦਾਂਗੇ। ਲਓ ਜੀ, ਆਹ ਦੇਖੋ ਜੀ ਹੈਂਡਵਰਕ ਦੇ ਵਿੱਚ, ਹੈਂਡਵਰਕ ਦੇ ਵਿੱਚ ਲੁੱਕ ਦੇਖੋ। ਇਹ ਤੁਸੀਂ ਪੀਸ ਬਹੁਤ ਵਾਇਰਲ ਹੋਇਆ ਜੀ, ਤੁਸੀਂ ਦੇਖਿਆ ਹੋਣਾ, ਬਹੁਤ ਜ਼ਿਆਦਾ ਇੰਸਟਾ ਤੇ ਜਾਂ ਵੱਡੇ ਵੱਡੇ ਬ੍ਰਾਂਡਸ ਵੱਲੋਂ ਇਸ ਪੀਸ ਦੀ ਐਡ ਹੁੰਦੀ ਹੈ। ਅਸੀਂ ਆਪਣਾ ਰੈਡੀ ਕਰਵਾਇਆ ਜੀ ਇੰਪੋਰਟਡ ਫੈਬਰਿਕ ਦੇ ਉੱਤੇ। ਇੱਦਾਂ ਦੀਆਂ ਚੀਜ਼ਾਂ ਥੱਲੇ ਕਲੀਆਂ ਵਾਲਾ ਕੁੜਤਾ ਮਹਾਰਾਜਾ ਸਟਾਈਲ ਨਾਲ ਸਟਾਲ ਕਿਸੇ ਵੀ ਕਲਰ ਦਾ ਚਾਹੀਦਾ, ਇੱਦਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਰੈਂਟ ਤੇ ਪ੍ਰੋਵਾਈਡ ਕਰਾਵਾਂਗੇ ਜੀ। ਪਰਚੇਜ਼ ਕਰਨਾ ਵੈਲ ਐਂਡ ਗੁੱਡ ਹੈ, ਰੈਂਟ ਤੇ ਚਾਹੀਦਾ ਕਿ ਬੰਦਾ ਕਹਿੰਦਾ ਯਾਰ ਪੈਸੇ ਤਾਂ ਲਗਾ ਸਕਦੇ ਲੇਕਿਨ ਵਰਥ ਨਹੀਂ ਹੈ, ਮੁੜ ਕੇ ਕਰਾਂਗੇ ਕੀ। ਗੱਲ ਵੀ ਸਹੀ ਹੈ, ਲੈਣੀ ਵੀ ਰੈਂਟ ਤੇ, ਲੈਣੀ ਵੀ ਅਨਟੱਚ ਹੈ, ਲੈਣੀ ਵੀ ਸ਼ੇਰਵਾਨੀ ਮਰਜ਼ੀ ਦੀ ਹੈ, ਤਾਂ ਵੀ ਪ੍ਰੋਵਾਈਡ ਕਰਾ ਦੇਣਗੇ ਜੀ, ਕੋਈ ਚੱਕਰ ਨਹੀਂ। ਵਨ ਟਾਈਮ ਯੂਜ਼ ਲਈ ਗਾਈਸ ਬਹੁਤ ਵਧੀਆ ਵਧੀਆ ਸ਼ੇਰਵਾਨੀ ਅਵੇਲੇਬਲ ਹੈ, ਵੱਧ ਤੋਂ ਵੱਧ ਸ਼ਾਪ ਤੇ ਆਓ ਜੀ, ਵਿਜ਼ਿਟ ਕਰਨ ਤੇ ਬਹੁਤ ਜ਼ਿਆਦਾ ਵੈਰਾਈਟੀ ਹੋਰ ਵੀ ਮਿਲ ਜੂਗੀ। ਬੇਫਿਕਰ ਹੋ ਕੇ ਆਓ ਜੀ, ਬਹੁਤ ਵੈਰਾਈਟੀ ਦੇਵਾਂਗੇ, ਪੂਰਾ ਕੋਆਪਰੇਸ਼ਨ ਮਿਲੇਗਾ, ਹਰ ਤਰ੍ਹਾਂ ਨਾਲ ਡੀਲਿੰਗ ਅੱਛੀ ਹੋਏਗੀ, ਕੰਮ ਵਧੀਆ ਹੋਏਗਾ। ਈਵਨ ਤੁਸੀਂ ਪੰਜਾਬ, ਹਿਮਾਚਲ, ਹਰਿਆਣਾ ਕਿਤੋਂ ਵੀ ਆ ਕੇ ਸਾਡੇ ਕੋਲ ਰੈਂਟ ਤੇ ਬੁੱਕ ਕਰਦੇ ਹੋ, ਤੁਹਾਨੂੰ ਵੈਡਿੰਗ ਤੋਂ 2 ਦਿਨ ਪਹਿਲੇ ਭੇਜ ਵੀ ਦਿੱਤਾ ਜਾਏਗਾ ਤੇ ਵੈਡਿੰਗ ਤੋਂ 1 ਦਿਨ ਬਾਅਦ ਮੰਗਾ ਵੀ ਲਿੱਤਾ ਜਾਏਗਾ। ਆ ਦੇਖੋ, ਜਿਵੇਂ ਮੈਂ ਤੁਹਾਡੇ ਨਾਲ ਕੁੜਤੇ ਦੀ ਗੱਲ ਕਰ ਰਿਹਾ ਸੀ, ਕਲੀਆਂ ਵਾਲਾ ਕੁੜਤਾ ਆਉਂਦਾ ਜੀ, ਹੈਂਡਵਰਕ ਦੇ ਵਿੱਚ ਸਾਰੀ ਸ਼ੇਰਵਾਨੀ ਆ ਗਈ ਜੀ। ਹਾਂਜੀ, ਵਰਕ ਚੈੱਕ ਕਰੋ ਜੀ, ਲੁੱਕ ਚੈੱਕ ਕਰੋ, ਮਤਲਬ ਮਹਾਰਾਜਾ ਸਟਾਈਲ, ਡਬਲ ਪੱਲਾ ਸਟਾਈਲ, ਕੁਛ ਵੀ। ਫਿਰ ਰਿਪੀਟ ਕਰਦਾ, ਪੰਜਾਬ, ਹਰਿਆਣਾ, ਹਿਮਾਚਲ ਤੁਸੀਂ ਕੋਈ ਰੈਂਟ ਤੇ ਬੁੱਕ ਕਰਦੇ ਹੋ, ਸਾਡੇ ਕੋਲ ਮੰਗਾ ਵੀ ਸਕਦੇ ਹੋ ਜੀ, ਇੱਕ ਵਾਰ ਆ ਜਾਓ, ਬੁੱਕ ਕਰ ਜਾਓ,
ਉਸ ਤੋਂ ਬਾਅਦ ਤੁਹਾਨੂੰ ਘਰੇ ਸ਼ਿਪਿੰਗ ਹੋ ਵੀ ਜਾਏਗੀ, ਲੜਕਾ ਦੇ ਵੀ ਆਏਗਾ, ਲੈ ਕੇ ਵੀ ਆਏਗਾ, ਇਸੇ ਲਈ ਅਸੀਂ ਐਕਸਟਰਾ ਸਟਾਫ ਰੱਖਿਆ ਹੋਇਆ ਜੀ, ਔਰ ਉਹਦੇ ਕੋਈ ਐਕਸਟਰਾ ਚਾਰਜਿਸ ਨਹੀਂ ਹੋਣਗੇ। ਮਤਲਬ ਜੀ ਪਿਕ ਐਂਡ ਡਰੋਪ ਫੈਸਿਲਿਟੀ ਵੀ ਦੇਤੀ ਹੈ, ਹੋਰ ਦੱਸੋ ਕੀ ਚਾਹੀਦਾ, ਘਰੇ ਬੈਠੇ ਸ਼ੇਰਵਾਨੀ ਮੰਗਾਓ, ਇੰਨੀ ਜ਼ਿਆਦਾ ਫੈਸਿਲਿਟੀਆਂ, ਬਸ ਤੁਸੀਂ ਆਉਣਾ ਵੀ ਨਹੀਂ ਹੈ ਹੁਣ ਤਾਂ। ਲਓ ਜੀ ਨੈਕਸਟ ਆਰਟੀਕਲ, ਇੱਕ ਹੋਰ ਬਹੁਤ ਹੀ ਸਪੈਸ਼ਲ ਆਰਟੀਕਲ ਜੀ, ਸਾਰਾ ਹੀ ਹੈਂਡਵਰਕ, ਪੂਰੀ ਫਰੰਟ ਸਲੀਵਸ ਬੈਕ ਪੂਰਾ ਹੀ ਹੈਂਡਵਰਕ, ਔਰ ਵਰਕ ਦੀ ਕਲੈਰਿਟੀ ਚੈੱਕ ਕਰਾ ਦੋ ਸੌਰਵ ਜੀ। ਬਿਲਕੁਲ ਜੀ, ਔਰ ਇਹਦੀ ਇੱਕ ਸਪੈਸ਼ਲਿਟੀ ਹੈ, ਜਿੱਥੇ ਮੈਰੂਨ ਟੱਚ ਲੱਗਿਆ ਨਾ ਜੀ, ਇੱਥੇ ਤੁਸੀਂ ਦੁਨੀਆਂ ਦਾ ਕੋਈ ਵੀ ਕਲਰ, ਮਜੈਂਟਾ, ਪਿੰਕ ਜਾਂ ਕੋਈ ਵੀ ਲਗਵਾ ਸਕਦੇ ਹੋ ਜੀ, ਚਾਹੇ ਰੈਂਟ ਤੇ ਲਓ ਚਾਹੇ ਪਰਚੇਜ਼ ਕਰੋ, ਤੁਹਾਡੀ ਇੱਛਾ, ਤਾਂ ਵੀ ਕਸਟਮਾਈਜ਼ ਹੋ ਜਾਏਗਾ। ਈਵਨ ਆ ਕੀ ਕਿਸੇ 'ਚ ਵੀ ਕਸਟਮਾਈਜ਼ੇਸ਼ਨ ਕਰਾ ਲਓ, ਸਭ ਵਿੱਚ ਅਵੇਲੇਬਲ ਹੈ ਜੀ, ਕਿਉਂਕਿ ਸਾਡੀ ਲਹਿੰਗੇ ਸ਼ੇਰਵਾਨੀ ਦੀ ਆਪਣੀ ਮੈਨੂਫੈਕਚਰਿੰਗ ਹੈ ਸਾਰੀ। ਜਿੱਦਾਂ ਨਾ ਕਿਸੇ ਨੇ ਲਹਿੰਗੇ ਦੇ ਨਾਲ ਦਾ ਟੱਚ ਲੈਣਾ ਹੁੰਦਾ, ਸੋ ਜਿੱਦਾਂ ਦਾ ਵੀ ਲਹਿੰਗਾ ਜੀ ਤੁਹਾਡੀ ਬ੍ਰਾਈਡ ਦਾ ਲਹਿੰਗਾ, ਸੇਮ ਉਦਾਂ ਦਾ ਟੱਚ ਕਰ ਦਾਂਗੇ ਵਿੱਚ ਲਹਿੰਗੇ ਜੀ। ਬਿਲਕੁਲ, ਹੁਣ ਆ ਦੇਖੋ ਆ ਬਿਲਕੁਲ ਡੀਸੈਂਟ ਆ ਗਿਆ, ਇਹਦੇ 'ਚ ਕੋਈ ਕਲਰ ਨਹੀਂ, ਜਿਹੜੇ ਕਲਰ ਦਾ ਲਹਿੰਗਾ ਉਸ ਕਲਰ ਦਾ ਸਟੋਲ ਲੈ ਲਓ, ਜਿਹੜੇ ਬਿਲਕੁਲ ਡੀਸੈਂਟ ਔਰ ਐਲੀਗੈਂਟ ਲਾਈਕ ਕਰਦੇ ਨੇ, ਇੱਦਾਂ ਦੇ ਟੇਸਟ ਵੀ ਆਪਣੇ ਕੋਲ ਮਿਲਣਗੇ। ਮਤਲਬ ਲਹਿੰਗਾ ਸ਼ੇਰਵਾਨੀ ਮੇਨ ਆਪਣਾ ਬਿਜ਼ਨਸ ਹੀ ਲਹਿੰਗੇ ਸ਼ੇਰਵਾਨੀ ਦਾ ਜੀ, ਸੋ ਇਹਨਾਂ ਦੋਨਾਂ ਲਈ ਕੰਟੈਕਟ ਕਰੋ, ਵਿਜ਼ਿਟ ਕਰੋ, ਤੁਹਾਡਾ ਆਉਣਾ ਬਿਲਕੁਲ ਵਰਥੇਬਲ ਰਹੇਗਾ ਜੀ। ਗੁਰੂ ਨਾਨਕ ਲਹਿੰਗਾ, ਸਾਬਣ ਬਾਜ਼ਾਰ ਚੌਂਕ, ਚੋੜਾ ਬਾਜ਼ਾਰ, ਘੰਟਾ ਘਰ ਤੋਂ ਚੋੜੇ ਬਾਜ਼ਾਰ ਐਂਟਰ ਹੋ ਜਾਣਾ ਜੀ, ਸਿੱਧਾ ਸਿੱਧਾ ਆਉਂਦੇ ਜਾਣਾ ਜੀ, ਮੇਨ ਚੌਂਕ ਸਾਬਣ ਬਾਜ਼ਾਰ ਚੌਂਕ ਦੇ ਵਿੱਚ, ਕਿਤੇ ਨਹੀਂ ਮੁੜਨਾ ਜੀ, ਰਾਈਟ ਸਾਈਡ ਦੇ ਗੁਰੂ ਨਾਨਕ ਲਹਿੰਗਾ, ਨੀਚੇ ਦੋਨੋਂ ਨੰਬਰ ਦਿੱਤੇ ਗਏ ਜੀ, ਵਟਸਐਪ ਤੇ ਲੋਕੇਸ਼ਨ ਲਓ, ਬਾਕੀ ਈਜ਼ੀ ਅਪਰੋਚ ਹੈ ਜੀ, ਵਿਜ਼ਿਟ ਕਰੋ ਜੀ, ਵਰਾਇਟੀ ਵੀ ਬਹੁਤ ਸੋਹਣੀ ਮਿਲੇਗੀ, ਰੇਟ ਵੀ ਬਹੁਤ ਕੰਫਰਟੇਬਲ ਮਿਲਣਗੇ। ਡਿਜ਼ਾਈਨਿੰਗ ਬਹੁਤ ਹੈ ਜੀ, ਥਾਊਜ਼ੈਂਡਸ ਆਫ ਡਿਜ਼ਾਈਨਸ ਅਵੇਲੇਬਲ ਹੈ, ਬਸ ਤੁਸੀਂ ਇੱਕ ਵਾਰ ਸ਼ੋਪ ਤੇ ਆਓ, ਇੱਕ ਵਾਰ ਵਿਜ਼ਿਟ ਕਰੋ ਤੇ ਬਹੁਤ ਜ਼ਿਆਦਾ ਵਰਾਇਟੀ ਹੋਰ ਵੀ ਲੈ ਕੇ ਜਾਓ ਵੱਧ ਤੋਂ ਵੱਧ ਜੀ। ਸੋ ਥੈਂਕ ਯੂ ਸੋ ਮਚ ਜੀ, ਥੈਂਕ ਯੂ।